ਜੀ ਬਿਲਕੁਲ, ਕਿਸਾਨ ਮੰਡੀਆਂ ਵਿੱਚ ਪਹੁੰਚਦਾ ਹੈ, ਨਾਲ ਹੀ ਸਿਆਸਤਦਾਨ ਕਿਸਾਨਾਂ ਨਾਲ ਮੁਲਾਕਾਤਾਂ ਸ਼ੁਰੂ ਕਰ ਦਿੰਦੇ ਨੇ। ਕਿਸਾਨਾਂ ਨਾਲ ਸਿਆਸਤਦਾਨਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ 2017 ਕਰਕੇ ਸ਼ਾਇਦ ਇਸ ਵਾਰ ਜ਼ਿਆਦਾ ਹੀ ਤੇਜ਼ ਨਜ਼ਰ ਆ ਰਿਹਾ ਹੈ। ਖੈਰ, ਇਸੇ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਮੰਡੀਆਂ 'ਚ ਪਹੁੰਚੇ ਅਤੇ ਕਿਸਾਨ ਦੇ ਦੁੱਖ ਨੂੰ ਬਿਆਨ ਕਰਦੇ ਨਜ਼ਰ ਆਏ। ਦੇਖੋ, ਮੈਂ ਖੁਦ ਜ਼ਿਮੀਂਦਾਰਾਂ ਦਾ ਮੁੰਡਾ, ਪਰ ਕਦੇ ਵੀ ਮੈਂ ਕਣਕ ਦਾ ਇਸ ਤਰ੍ਹਾਂ ਦਾ ਬੁਰਾ ਹਾਲ ਨਹੀਂ ਮੈਂ ਕਦੇ ਦੇਖਿਆ ਸੀ। ਤਾਂ ਡਾਲਾ ਖੁੱਲ੍ਹਣ ਸਾਰ ਤੁਲ ਜਾਂਦੀ ਸੀ, ਪਰ ਪਤਾ ਨਹੀਂ ਕਿਹੜੀਆਂ ਪੋਲਿਸੀਆਂ ਇਹ ਬਣਾਉਂਦੇ ਨੇ, ਕਿਵੇਂ ਇਹ ਕੀ ਇਹਨਾਂ ਨੇ ਟੈਂਡਰ ਦਿੱਤੇ ਨੇ ਕਿ ਨਾ ਨਾ ਤਾਂ ਉਹ ਜਿਹੜੇ ਫੂਸ ਵਾਲੇ ਨੇ ਉਹ ਨਹੀਂ ਖੁਸ਼ ਹੈਗੇ, ਜਿਹੜੇ ਝਾਰ ਵਿਚਾਰੇ ਖਰੀਦਦੇ ਆ ਗਰੀਬ ਲੋਕ, ਉਹਨਾਂ 'ਤੇ ਟੈਂਡਰ ਲਾ ਤੇ, ਠੀਕ ਹੈ, ਨਾ ਆੜ੍ਹਤੀਆਂ ਨੂੰ ਪੇਮੈਂਟ ਆਉਂਦੀ ਹੈ ਟਾਈਮ 'ਤੇ, ਠੀਕ ਹੈ, ਅਤੇ ਆੜ੍ਹਤੀਆਂ ਅਤੇ ਜ਼ਿਮੀਂਦਾਰਾਂ ਦੇ ਸੰਬੰਧ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਤਣਾਅਪੂਰਨ ਬਣਾ ਦਿੰਦੇ ਨੇ ਇਹ, ਕਿਉਂਕਿ ਉਹਨਾਂ ਨੂੰ ਪੇਮੈਂਟ ਤਾਂ ਤੋਂ ਨਹੀਂ ਆਉਂਦੀ, ਉਹ ਜ਼ਿਮੀਂਦਾਰ ਉਹਨਾਂ ਤੋਂ ਮੰਗੀ ਜਾਂਦੇ ਆ, ਉਹਦੇ ਨਾਲ ਹਾਲਾਤ ਜਿਹੜੇ ਵਿਗੜਦੇ ਆ, ਅਤੇ ਨਾ ਹੀ ਇਹਨਾਂ ਕੋਈ ਟਰਾਂਸਪੋਰਟਰਾਂ ਨਾਲ ਕੋਈ ਟਾਈਮ 'ਤੇ ਇਹਨਾਂ ਦਾ ਸਮਝੌਤਾ ਹੁੰਦਾ, ਨਾ ਹੀ ਬਾਰਦਾਨਾ ਪੂਰਾ ਹੁੰਦਾ। ਹਰ ਸਾਲ ਇੱਦਾਂ ਕਿਉਂ ਹੁੰਦਾ, ਇੱਕ ਵਾਰੀ ਚਲੋ ਹੋ ਗਿਆ, ਇਹ ਪਹਿਲਾਂ ਕਿਉਂ ਨਹੀਂ ਇਹ ਪ੍ਰਬੰਧ ਕਰਦੇ, ਬੂਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ, ਉਹ ਗੱਲ ਹੈ। ਸੋ ਇਸ ਕਰਕੇ ਇਹ ਮੇਰੇ ਖਿਆਲ 'ਚ ਸਾਰਾ ਟੋਟਲ ਫੇਲੀਅਰ ਹੈ, ਔਰ ਸਰਕਾਰਾਂ ਦਾ ਧਿਆਨ ਹੀ ਹੈ ਨਹੀਂ, ਆਮ ਲੋਕ ਜਿਹੜੇ ਕਿਸਮਤ 'ਤੇ ਛੱਡੇ ਹੋਏ ਬਸ।